ਅੱਜ ਇੱਕ ਬੰਦਾ ਫੜਾ ਗਿਆ, ਉਹਦੇ ਕੋਲੇ ਪਿਸਤੌਲ ਸੀ ਕਿ ਬਾਦਲ ਤੇ ਜਾਂ ਸੁਖਬੀਰ ਤੇ ਹਮਲਾ ਕਰ, ਕਿ ਬਾਦਲ ਤੇ ਜਾਂ ਸੁਖਬੀਰ ਤੇ ਹਮਲਾ ਕਰ। ਫਰੀਦਕੋਟ ਰੈਲੀ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਖੇਡਿਆ ਇਮੋਸ਼ਨਲ ਪੱਤਾ, ਜਿਸ ਵਿੱਚ ਉਹਨਾਂ ਕਿਹਾ ਕਿ ਉਹਨਾਂ ਨੂੰ ਅਤੇ ਸੁਖਬੀਰ ਸਿੰਘ ਬਾਦਲ ਨੂੰ ਮਾਰਨ ਲਈ ਸਾਜਿਸ਼ ਹੋ ਰਹੀ ਹੈ ਅਤੇ ਇਸੇ ਕਰਕੇ ਕੱਲ੍ਹ ਰੈਲੀ ਦੌਰਾਨ ਪੁਲਿਸ ਨੇ ਪਿਸਤੌਲ ਸਮੇਤ ਇੱਕ ਬੰਦਾ ਵੀ ਫੜਿਆ ਜੋ ਉਹਨਾਂ ਨੂੰ ਮਾਰਨ ਆਇਆ ਸੀ। ਇਸ ਮਾਮਲੇ 'ਤੇ ਫਰੀਦਕੋਟ ਦੇ SSP ਰਾਜਬਚਨ ਸਿੰਘ ਸੰਧੂ ਨੇ ਦੱਸਿਆ ਕਿ ਅਜਿਹਾ ਕੋਈ ਵੀ ਬੰਦਾ ਪੁਲਿਸ ਨੇ ਨਹੀਂ ਫੜਿਆ ਅਤੇ ਨਾ ਹੀ ਕੋਈ ਅਜਿਹੀ ਘਟਨਾ ਹੋਈ ਹੈ ਜਿਵੇਂ ਕਿ ਸਰਦਾਰ ਬਾਦਲ ਨੇ ਰੈਲੀ ਵਿੱਚ ਕਿਹਾ। ਰੈਲੀ ਵਿੱਚ ਬੋਲਦਿਆਂ ਸਰਦਾਰ ਬਾਦਲ ਨੇ ਕਿਹਾ ਸੀ ਕਿ ਜੇ ਪੰਜਾਬ ਦੀ ਅਮਨ ਸ਼ਾਂਤੀ ਲਈ ਸੁਖਬੀਰ ਜਾਂ ਉਹਨਾਂ ਨੂੰ ਕੁਰਬਾਨੀ ਦੇਣੀ ਪਈ ਤਾਂ ਉਹ ਇਸ ਤੋਂ ਪਿੱਛੇ ਨਹੀਂ ਹਟਣਗੇ, ਪਰ ਸਰਦਾਰ ਬਾਦਲ ਦੇ ਇਸ ਸਿਆਸੀ ਪੈਂਤੜੇ 'ਤੇ ਪੁਲਿਸ ਨੇ ਬਿਆਨ ਦੇ ਕੇ ਪਾਣੀ ਫੇਰ ਦਿੱਤਾ। ਅਮਨ ਸ਼ਾਂਤੀ ਵਾਸਤੇ ਸ਼ਹਾਦਤਾਂ ਵੀ ਦੇਣੀਆਂ ਪੈਣੀਆਂ। ਅੱਜ ਇੱਕ ਬੰਦਾ ਫੜਾ ਗਿਆ, ਉਹਦੇ ਕੋਲੇ ਪਿਸਤੌਲ ਸੀ। ਮੈਂ ਪ੍ਰੈਸ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਆਖਾਂਗਾ ਕਿ ਅਖਬਾਰ 'ਚ ਦੱਸ ਦੇਣ ਕਿ ਬਾਦਲ ਤੇ ਜਾਂ ਸੁਖਬੀਰ ਤੇ ਹਮਲਾ ਕਰ। ਮੈਂ ਅੱਜ ਖੜਾ ਹੋ ਕੇ ਦੇਖਣ ਲੱਗਿਆ ਕਿ ਜੇ ਮੇਰੀ ਸ਼ਹਾਦਤ ਨਾਲ, ਸੁਖਬੀਰ ਦੀ ਸ਼ਹਾਦਤ ਨਾਲ ਪੰਜਾਬ ਵਿੱਚ ਅਮਨ ਸ਼ਾਂਤੀ ਰਹਿ ਸਕਦੀ, ਅਸੀਂ ਤਿਆਰ ਹਾਂ। ਜਿੱਥੇ ਕਿਤੇ ਵੀ ਉਹ ਆਖਣ, ਜੇ ਇੰਨਾ ਅੱਗੇ ਪੰਜਾਬ ਦਾ ਖੂਨ ਡੁੱਲਿਆ ਤੇ ਹੁਣ ਡੁੱਲ ਜਾਏਗਾ ਤਾਂ ਕੀ ਫਰਕ ਪੈਂਦਾ। ਨਾ ਅਸੀਂ ਕਿਸੇ ਤੋਂ ਡਰਦੇ ਹਾਂ, ਨਾ ਡਰਾਉਂਦੇ ਹਾਂ। ਜੇ ਤੂੰ ਪ੍ਰੇਮ ਖੇਲਣ ਕਾ ਚਾਹੋ, ਸਿਰ ਤਰ ਗਲੀ ਮੋਰੀ ਆਓ। ਇਹ ਵੀ ਸਾਨੂੰ ਸਿੱਖਾਂ ਨੂੰ ਆਖਿਆ। ਇਸ ਕਰਕੇ ਭਰਾਓ, ਸਾਨੂੰ ਇਹ ਜਿਹੜੇ ਪਿਸਤੌਲ ਪਸਤੂਲ ਲਈ ਫਿਰਦੇ ਆ, ਕੋਈ ਨਹੀਂ, ਜਿੰਨਾ ਚਿਰ ਜ਼ਿੰਦਗੀ ਹੈ ਉਹਨਾਂ 'ਚ ਰਹਿ, ਅਤੇ ਨਹੀਂ ਤਾਂ ਜਦੋਂ ਵਾਹਿਗੁਰੂ ਲਿਜਾਣਾ ਲੈ ਜਾਊਗਾ, ਸਾਨੂੰ ਕੋਈ ਪਰਵਾਹ ਨਹੀਂ। ਪਰ ਅੱਜ ਮੈਂ ਇਸ ਪਵਿੱਤਰ ਸਥਾਨ 'ਤੇ ਲੋਕਾਂ ਨੂੰ ਵਾਅਦਾ ਕਰਦਾ ਕਿ ਅਮਨ ਸ਼ਾਂਤੀ, ਭਾਈਚਾਰਕ ਸਾਂਝ ਜਿਹੜੀ ਹੈ, ਹਰ ਕੀਮਤ 'ਤੇ ਪੰਜਾਬ 'ਚ ਬਹਾਲ ਕਰਨੀ ਕਰਾਂਗੇ, ਭਾਵੇਂ ਜਿੰਨੀ ਵੀ ਕੁਰਬਾਨੀ ਦੇਣੀ ਪਈ ਦਿਆਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।